ਹੈਲੋ ਜੀ, ਅਸਲਾਮ ਵਾਲੇਕੁਮ। ਅਤੇ ਮੈਂ ਅੱਜ ਕਰ ਰਿਹਾ ਸਾਂ ਡਿਲੀਵਰੀ ਦਾ ਕੰਮ, ਅਤੇ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ। ਅਤੇ ਆਰਡਰ ਮੈਨੂੰ ਆਇਆ ਸੀ ਗਲੋਵੋ ਦਾ ਇੱਕ, ਅਤੇ ਆਰਡਰ ਆਪਾਂ ਚੱਕ ਲਿਆ ਪਿੱਛੋਂ ਫਾਰਮੈਸੀ ਤੋਂ, ਅਤੇ ਹੁਣ ਇਹ ਦੇ ਕੇ ਆਉਣਾ। ਅਤੇ 3 ਯੂਰੋ ਅਤੇ 31 ਸੈਂਟ ਦਾ ਆਰਡਰ, ਤਕਰੀਬਨ 1 ਕਿਲੋਮੀਟਰ ਸਫ਼ਰ ਜਿਹੜਾ ਅਸੀਂ ਤੈਅ ਕਰਕੇ ਆਰਡਰ ਡਿਲੀਵਰ ਕਰਨਾ। ਅਤੇ ਚਲੋ ਮੈਂ ਤੁਹਾਨੂੰ ਦਿਖਾਉਂਦਾ ਆਰਡਰ ਅਤੇ ਡਿਲੀਵਰ ਕਰਨੇ ਆ। ਆਰਡਰ ਜਨਾਬ ਜਿਹੜਾ ਅਸੀਂ ਚੁੱਕਿਆ 3 ਯੂਰੋ ਅਤੇ 1 ਸੈਂਟ ਦਾ, ਅਤੇ ਇਸ ਟਾਈਮ ਅਬੋਨੋ ਚੱਲ ਰਿਹਾ 1.85 ਦਾ, ਅਤੇ ਤਕਰੀਬਨ 1 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਅਸੀਂ ਤੈਅ ਕਰਕੇ ਆਰਡਰ ਡਿਲੀਵਰ ਕਰਨਾ। ਆਪਾਂ ਲਾਉਂਦੇ ਹਾਂ ਲੋਕੇਸ਼ਨ ਅਤੇ ਫਿਰ ਚੱਲਦੇ ਹਾਂ ਡਿਲੀਵਰ ਕਰਨ ਆਰਡਰ। ਦੇਖ ਲਓ ਤੁਸੀਂ, ਜੈਸਾ ਕਿ ਵੇਖ ਸਕਦੇ ਹੋ 1 ਕਿਲੋਮੀਟਰ ਦਾ ਆਰਡਰ ਹੈ, 3 ਯੂਰੋ 1 ਸੈਂਟ ਦਾ, ਅਤੇ ਚੱਲਦੇ ਹਾਂ ਡਿਲੀਵਰ ਕਰਨੇ ਹਾਂ। ਅਤੇ ਡਿਲੀਵਰੀ ਵਾਲੇ ਪੁਆਇੰਟ 'ਤੇ ਜਾ ਕੇ ਮਿਲਣੇ ਹਾਂ ਤੁਹਾਨੂੰ ਫਿਰ। ਹੁਣ ਅਸੀਂ ਉਸ ਪੁਆਇੰਟ 'ਤੇ ਆ ਗਏ ਜਿੱਥੇ ਅਸੀਂ ਆਰਡਰ ਡਿਲੀਵਰ ਕਰਨਾ। ਇਹ ਛੋਟਾ ਜਿਹਾ ਆਰਡਰ ਸੀ ਫਾਰਮੈਸੀ ਤੋਂ ਚੁੱਕਣਾ ਸੀਗਾ, ਅਤੇ ਹੁਣ ਅਸੀਂ ਡਿਲੀਵਰੀ ਵਾਲੀ ਜਗ੍ਹਾ 'ਤੇ ਆ ਚੁੱਕੇ ਹਾਂ। ਇਹ ਪੁਆਇੰਟ ਡਿਲੀਵਰੀ ਵਾਲਾ, ਅਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਅਤੇ ਆਰਡਰ ਡਿਲੀਵਰ ਕਰਨੇ ਹਾਂ ਕਸਟਮਰ ਨੂੰ।